ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨੂੰ ਪੁਰਜ਼ੋਰ ਅਪੀਲ ਹੈ, ਸਾਡੇ ਸਾਰੇ ਸ਼ਰਾਬੀਆਂ ਨੂੰ ਵੀ ਮੈਂ ਅਪੀਲ ਕਰਦਾ, ਤੁਸੀਂ ਧਰਨੇ ਦਿਓ, ਸ਼ਰਾਬ ਮਿਲ ਨਹੀਂ ਰਹੀ, ਤੁਸੀਂ ਇਕੱਠੇ ਹੋ ਕੇ ਧਰਨੇ ਕਿਉਂ ਨਹੀਂ ਦੇ ਰਹੇ? ਜਦੋਂ ਸਾਡੇ ਪਿੰਡ ਦੇ ਵਿੱਚ ਆਟਾ ਦਾਲਾਂ ਸਭ ਕੁਝ ਸਬਜ਼ੀਆਂ ਮਿਲ ਰਹੀਆਂ, ਘੰਟੇ ਦੋ ਘੰਟੇ ਲਈ ਜਦ ਬਾਜ਼ਾਰ ਖੋਲਦੇ ਹਾਂ, ਤੁਸੀਂ ਘੰਟੇ ਦੋ ਘੰਟੇ ਲਈ ਸ਼ਰਾਬੀਆਂ ਠੇਕੇ ਕਿਉਂ ਨਹੀਂ ਖੋਲਦੇ? ਮੇਰੀ ਇਹੀ ਅਪੀਲ ਪ੍ਰਧਾਨ ਮੰਤਰੀ ਨੂੰ ਵੀ ਆ, ਮੁੱਖ ਮੰਤਰੀ ਨੂੰ ਵੀ ਆ। ਤੇ ਇਹ ਕੋਰੋਨਾ ਵਾਇਰਸ ਬਾਰੇ ਕਹਿੰਦਾ, ਇਹਦਾ ਤੁਸੀਂ ਆਪੇ ਤਾਂ ਕਹਿੰਦੇ ਅਲਕੋਹਲ, ਇਹਦੇ ਨਾਲ ਹੱਥ ਧੋਵੋ, ਸਾਡੇ ਜੇ ਅੰਦਰ ਜਾਊਗਾ ਆਪੇ ਨਹੀਂ ਵਾਇਰਸ ਆਉਣਾ, ਕੋਰੋਨਾ ਵਾਇਰਸ ਤਾਂ ਸਾਡੇ ਨੇੜੇ ਵੀ ਨਹੀਂ ਆਉਣਾ। ਮੇਰੀ ਸ਼ਰਾਬੀਆਂ ਨੂੰ ਵੀ ਅਪੀਲ ਆ, ਇਕੱਠੇ ਹੋ ਜਾਓ, ਇਕੱਠੇ ਹੋ ਕੇ ਧਰਨੇ ਦਿਓ, ਇਹਨਾਂ ਦੇ ਇਹਨਾਂ ਤਾਂ ਸਾਨੂੰ ਉੱਤੇ ਮਾਰ ਦੇਣਾ। ਸਾਨੂੰ ਰਾਤ ਰਾਤ ਭਰ ਨੀਂਦ ਨਹੀਂ ਆਉਂਦੀ, ਹੈ ਨੀਂਦ ਨਹੀਂ ਆਉਂਦੀ, ਸਾਨੂੰ ਰੋਟੀਆਂ ਹਾਜ਼ਮੀ ਨੇ, ਚਾਰ ਦਿਨ ਹੋ ਗਏ ਸਾਨੂੰ ਰੋਟੀ ਖਾਧੀ ਨੂੰ। ਵਾਰ ਜੀ ਇਹ ਜ਼ਰੂਰ ਬੇਨਤੀ ਆ ਮੇਰੀ ਮੁੱਖ ਮੰਤਰੀ ਸਾਹਿਬ, ਕੈਪਟਨ ਸਾਹਿਬ, ਤਾਂ ਮੋਤੀ ਮਹਿਲ 'ਚ ਬੈਠਾ ਤੂੰ, ਹੈ ਤੈਨੂੰ ਤਾਂ ਸਭ ਕੁਝ ਮਿਲਦਾ, ਅੰਗਰੇਜ਼ੀ ਦਾਰੂ ਸਕੋਚ ਇੰਗਲੈਂਡ ਤੋਂ ਤੇਰੀ ਸ਼ਰਾਬ ਆਉਂਦੀ ਆ, ਹੈ ਅਸੀਂ ਕਿੱਥੇ ਨੂੰ ਜਾਈਏ? ਸਾਨੂੰ ਘੱਟੋ ਘੱਟ ਜੇ ਦੇਸੀ ਸ਼ਰਾਬੇ ਮੁਹੱਈਆ ਕਰਾ ਦੇ, ਦੋ ਘੰਟੇ ਠੇਕੇ ਖੋਲਦੇ ਖੋਲਦੇ ਜਿਹੜਾ ਮਰ ਜਾਵਾਂਗੇ ਯਾਰ। ਧੰਨਵਾਦ ਤੇਰਾ, ਬਹੁਤ ਬਹੁਤ ਧੰਨਵਾਦ।